ਇਹ ਉਹੀ ਐਕਟ ਵਾ ਜੀ ਜਿਹੜੀ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਵਿੱਚ ਜਿਹੜੇ ਉਹ ਤਿੰਨ ਜਵਾਨ ਸੀਗੇ ਜਿਹੜੇ ਪੀਪਣੀਆਂ ਵਜਾ ਕੇ ਅਤੇ ਸ਼ੋਰੋ ਗੋਲ ਕਰ ਰਹੇ ਸੀਗੇ ਆਪਣੀ ਮਰਜ਼ੀ ਦੇ ਨਾਲ। ਇਹ ਐਕਟਵਾ ਅਸੀਂ ਇੱਥੋਂ ਘਰੋਂ ਆ ਕੇ ਜਿਹੜੀ ਐਕਟਵਾ ਹੈ ਫੜ ਲਈ ਹੈ ਅਤੇ ਇਹ ਤਿੰਨ ਬੱਚੇ ਸੀਗੇ ਜਿਹੜੇ ਵਜਾਉਂਦੇ ਸੀਗੇ, ਇਹ ਤਿੰਨੇ ਬੱਚੇ ਸੀਗੇ। ਹੁਣ ਇਹਨਾਂ ਕੋਈ ਵੱਜਦੀ ਨਹੀਂ ਪਈ, ਪਹਿਲਾਂ ਬੜੇ ਜ਼ੋਰ ਜ਼ੋਰ ਨਾਲ ਮਰਾਉਂਦੇ ਸੀਗੇ ਵਜਾਉਂਦੇ ਸੀਗੇ। ਆਮ ਬੱਚਿਓ ਅੱਗੋਂ ਤੋਂ ਗਲਤੀ ਕਰੋਗੇ, ਸਾਰੇ ਉੱਚੀ ਬੋਲੋ। ਬਾਕੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਹੁੱਲੜਬਾਜ਼ੀ ਸਾਰੇ ਉੱਚੀ ਬੋਲੋ, ਹੁੱਲੜਬਾਜ਼ੀ ਨਹੀਂ ਕਰਨੀ ਚਾਹੀਦੀ। ਤੁਸੀਂ ਆਪਣੀ ਗਲਤੀ ਮਹਿਸੂਸ ਕਰ ਰਹੇ ਹੋ? ਬੋਲੋ, ਅੱਗੇ ਤੋਂ ਕਰੋਗੇ ਇੱਦਾਂ? ਸੋਰੀ ਬੋਲੋ। ਬੱਚਿਓ ਤੁਸੀਂ ਇਸ ਤਰ੍ਹਾਂ ਕਰਕੇ ਨਾ, ਇਹ ਜਿਹੜੀ ਮੇਲੇ ਦੀ ਮਾਣ ਮਰਿਆਦਾ ਆ ਤੁਸੀਂ ਉਹਨੂੰ ਠੇਸ ਪਹੁੰਚਾਈਏ, ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਠੀਕ ਹੈ, ਸਿਆਣੇ ਬਣੋ, ਇੱਦਾਂ ਨਹੀਂ ਕਰੀਦਾ ਬੇਟਾ। ਮੇਲਾ ਦੇਖਣਾ, ਮੇਲਾ ਦੇਖੋ ਤੁਸੀਂ, ਪਰ ਇਹ ਥੋੜ੍ਹੀ ਕਿ ਤੁਸੀਂ ਉੱਚੀ ਉੱਚੀ ਆਵਾਜ਼ਾਂ ਕਰਕੇ ਨੋਇਸ ਪੋਲਿਊਸ਼ਨ ਕਰੋਗੇ। ਅਗਰ ਤੁਸੀਂ ਤਿੰਨ ਕਰ ਰਹੇ ਹੋ, ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਸ਼ਰਧਾਲੂ ਆ, ਅਗਰ ਉਹ ਸਾਰੇ ਵਜਾਉਣਗੇ ਤਾਂ ਫਿਰ ਉਹ ਕੋਈ ਵਧੀਆ ਗੱਲ ਥੋੜ੍ਹੀ। ਜਿਹੜੇ ਛੋਟੇ ਬੱਚੇ ਤੁਹਾਨੂੰ ਦੇਖਣਗੇ ਅੱਜ ਤੋਂ ਸਾਲ ਬਾਅਦ, ਦੋ ਸਾਲਾਂ ਬਾਅਦ, ਉਹ ਵੀ ਇਹੀ ਕਰਨਗੇ ਕਿ ਮਾਤਾ ਚਿੰਤਪੁਰਨੀ ਦੇ ਮੇਲੇ 'ਚ ਇੱਦਾਂ ਹੁੰਦਾ। ਠੀਕ ਹੈ, ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰਨੀ ਕਰਨਾ। ਜਿਹੜਾ ਤੁਹਾਡਾ ਗਿਫਟ ਹੈ ਇਹ ਤੁਹਾਡਾ ਤਿਆਰ ਹੋ ਗਿਆ, ਆ ਲਓ ਇਹਨੂੰ ਸੰਭਾਲ ਕੇ ਰੱਖਣਾ। ਇਹਦੀ ਇੱਕ ਕਾਪੀ ਕਰਾ ਕੇ ਰੱਖ ਲੈਣੀ ਹੈ, ਜਦੋਂ ਅੱਗੇ ਅਗਲੇ ਸਾਲ ਸੰਨ 25 ਦੇ ਵਿੱਚ ਮਾਤਾ ਜੀ ਦਾ ਮੇਲਾ ਆਉਣਾ ਅਤੇ ਇਹਨੂੰ ਵੇਖ ਕੇ ਫਿਰ ਜਾਣਾ ਮੇਲੇ 'ਚ, ਤੁਹਾਨੂੰ ਫਿਰ ਚੇਤਾ ਰਹੂਗਾ। ਠੀਕ ਹੈ, ਆ ਲਓ। ਅਤੇ ਮੈਂ ਬਾਕੀ ਜਿਹੜੀ ਸੰਗਤ ਦੂਰ ਦੁਰਾਡਿਓਂ ਆ ਰਹੀ ਹੈ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ 2-ਵੀਲਰ ਦੇ ਉੱਪਰ ਟ੍ਰਿਪਲਿੰਗ ਨਾ ਕਰੋ। ਜਿਹੜੇ ਛੋਟਾ ਹਾਥੀ ਹੈ ਜਾਂ ਟਾਟਾ 407 ਹੈ ਉਹਨਾਂ ਦੇ ਉੱਪਰ ਚੜ੍ਹ ਕੇ ਨਾ ਆਓ, ਬੱਸਾਂ ਦੇ ਉੱਪਰ ਚੜ੍ਹ ਕੇ ਆਓ, ਮਤਲਬ ਸੀਟਾਂ 'ਤੇ ਬੈਠ ਕੇ ਉੱਪਰ ਛੱਤਾਂ ਦੇ ਉੱਪਰ ਨਾ ਬੈਠੋ। ਤੁਸੀਂ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨ ਕਰਨ ਜਾ ਰਹੇ ਹੋ, ਤੁਹਾਡਾ ਹੁਸ਼ਿਆਰਪੁਰ ਪੁਲਿਸ ਵੱਲੋਂ ਪੂਰੇ ਪ੍ਰਸ਼ਾਸਨ ਵੱਲੋਂ ਜੀ ਆਇਆ ਸਵਾਗਤ ਹੈ। ਅਸੀਂ ਤੁਹਾਡਾ ਆਪਣੀ ਅੱਖਾਂ ਵਿਛਾ ਕੇ ਤੁਹਾਡਾ ਜਿਹੜਾ ਸਵਾਗਤ ਹੈ ਉਹ ਕਰਦੇ ਹਾਂ। ਪਲੀਜ਼ ਸਾਨੂੰ ਕੋਪਰੇਟ ਕਰੋ ਅਤੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਕੋਈ ਵਿਅਕਤੀ ਜਿਹੜਾ ਹੁੱਲੜਬਾਜ਼ੀ ਨਾ ਕਰੇ। ਇਹਨਾਂ ਬੱਚਿਆਂ ਨੇ ਕੱਲ੍ਹ ਹੁੱਲੜਬਾਜ਼ੀ ਕੀਤੀ ਸੀ ਅਤੇ ਸਾਡੀ ਟੀਮ ਦਾ ਅੱਜ ਸਾਰਾ ਦਿਨ ਹੀ ਲੰਘ ਗਿਆ। ਇਹਨਾਂ ਬੱਚਿਆਂ ਦਾ ਘਰ ਲੱਭ ਕੇ, ਇਹਨਾਂ ਦਾ ਚਲਾਨ ਕਰਨ ਵਾਸਤੇ ਇਹਨਾਂ ਦੇ ਘਰ ਗਿਫਟ ਦੇ ਕੇ ਚੱਲੇ ਹਾਂ। ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਕੋਪਰੇਟ ਕਰੋ, ਇੱਦਾਂ ਦੀ ਜਿਹੜੀ ਹੁੱਲੜਬਾਜ਼ੀ ਹੈ ਨਾ ਕਰੋ। ਅਸੀਂ ਤੁਹਾਨੂੰ ਪੂਰਾ ਆਸ਼ਵਾਸਨ ਦਿੰਦੇ ਹਾਂ, ਅਸੀਂ ਤੁਹਾਡਾ ਚਲਾਨ ਕਰਨ ਦਾ ਬਿਲਕੁਲ ਸਾਡਾ ਮਨ ਹੈ ਨਹੀਂ, ਪਰ ਜੇ ਤੁਸੀਂ ਹੁੱਲੜਬਾਜ਼ੀ ਕਰਕੇ ਇਹ ਮੇਲੇ ਦੇ ਮਾਹੌਲ ਨੂੰ ਖਰਾਬ ਕਰੋਗੇ ਤਾਂ ਫਿਰ ਅਸੀਂ ਜਿਹੜਾ ਤੁਹਾਡਾ ਚਲਾਨ ਉਹ ਜ਼ਰੂਰ ਕਰਾਂਗੇ। ਅਦਰਵਾਈਜ਼ ਇਹ ਮਾਤਾ ਜੀ ਦੀ ਸੰਗਤ ਹੈ, ਉਹਦੇ ਅੱਗੇ ਸਾਡਾ ਸਿਰ ਝੁਕਦਾ, ਨਕਮਸਤਕ ਹੁੰਦੇ ਹਾਂ ਮਾਤਾ ਜੀ ਨੂੰ। ਤੁਸੀਂ ਜਾ ਕੇ ਦਰਸ਼ਨ ਕਰਕੇ ਆਉਣੇ ਆ, ਅਸੀਂ ਤੁਹਾਡੇ ਦਰਸ਼ਨ ਕਰਕੇ ਮਾਤਾ ਜੀ ਦੀ ਜਿਹੜੀ ਹੈਗੀ ਹੈ ਖੁਸ਼ੀ ਹੈ ਉਹ ਲੈਣੀ ਹੈ ਅਤੇ ਮੇਲੇ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਪਲੀਜ਼ ਸਾਨੂੰ ਕੋਪਰੇਟ ਕਰੋ ਤਾਂ ਜੋ ਮੇਲਾ ਜਿਹੜਾ ਸੁਖਮਈ ਜਿਹੜਾ ਬਤੀਤ ਹੋ ਸਕੇ, ਕਿਉਂਕਿ ਇਹਦੇ ਨਾਲ ਫਿਰ ਇਹ ਚੰਗਾ ਨਹੀਂ ਲੱਗਦਾ। ਦੇਖੋ ਹੁਣ ਸਾਰਾ ਮਹੱਲਾ ਜਿਹੜਾ ਇਹ ਇਕੱਠਾ ਹੋਇਆ। ਠੀਕ ਹੈ, ਕੀ ਇਹ ਬੱਚਿਆਂ ਨੇ ਮਾਤਾ ਚਿੰਤਪੁਰਨੀ ਦਾ ਮੇਲਾ ਦੇਖਣਗੇ, ਹੁੱਲੜਬਾਜ਼ੀ ਕੀਤੀ ਹੈ, ਇਹ ਗਲਤ ਹੈ ਕਿ ਠੀਕ ਹੈ? ਬੋਲੋ ਸਾਰੇ, ਗਲਤ ਹੈ ਨਾ? ਅਤੇ ਤੁਸੀਂ ਪਲੀਜ਼ ਆਪਣੇ ਬੱਚਿਆਂ ਨੂੰ ਸਮਝਾਉਣਾ ਵੀ ਇੱਦਾਂ ਜਾ ਕੇ ਮੇਲੇ ਵਿੱਚ ਜਿਹੜੀ ਹੈ ਹੁੱਲੜਬਾਜ਼ੀ ਉਹ ਨਹੀਂ ਕਰਨੀ। ਕਿਉਂ ਪ੍ਰਧਾਨ ਜੀ? ਹਾਂਜੀ, ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ?
ਨਹੀਂ ਉੱਚੀ ਬੋਲੋ ਨਹੀਂ ਨਹੀਂ ਕਰਨੀ ਚਾਹੀਦੀ ਇਹਨਾਂ ਬੱਚਿਆਂ ਦੀ ਗਲਤੀ ਹੈ ਨਾ ਗਲਤੀ ਹੈ ਨਾ ਤੁਸੀਂ ਉਹ ਵੀਡੀਓ ਦੇਖੀ ਹੋਣੀ ਆ ਹਾਂਜੀ ਹੁਣ ਮਹਿਸੂਸ ਕਰ ਰਿਹਾ ਹੁਣ ਇਹਨਾਂ ਕੋਈ ਵੱਜਦੀ ਨਹੀਂ ਪਈ ਹੈ